ਬੀਤੇ ਦਿਨੀ ਪ੍ਰਤਾਪ ਸਿੰਘ ਬਾਜਵਾ ਪਠਾਨਕੋਟ ਆਏ, ਜਿੱਥੇ ਉਹਨਾਂ ਨੇ ਐਕਸ ਐਮ ਐਲ ਏ ਜੋਗਿੰਦਰ ਪਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਪਾਰਟੀ ਦੇ ਵਰਕਰ ਵੀ ਮੌਜੂਦ ਰਹੇ। ਵਰਕਰਾਂ ਨੇ ਵੀ ਜੋ ਹੈ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਪਹਿਲਾਂ ਜੋ ਹੈ ਜੋਗਿੰਦਰ ਪਾਲ ਦੀ ਜੋ ਹੈ ਹਾਰਟ ਦੀ ਸਰਜਰੀ ਹੋਈ ਸੀ, ਜਿਸ ਦੇ ਚਲਦੇ ਅੱਜ ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਆਇਆ ਹਾਂ ਅਤੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਹ ਬਿਲਕੁਲ ਠੀਕ ਹਨ। ਪਠਾਨਕੋਟ ਤੋਂ ਸੋਨੂੰ ਗੁਪਤਾ ਦੀ ਰਿਪੋਰਟ, AMI ਨਿਊਜ਼ ਪੰਜਾਬ। ਦੇਖੋ ਜੀ, ਬਾਜਵਾ ਸਾਹਿਬ ਅੱਜ ਭੁਆ ਕੁਆਸੇ ਚੁਆਸੇ ਚ ਆਏ ਸੀ। ਖਾਸ ਤੌਰ ਦੇ ਉੱਤੇ ਤੁਹਾਨੂੰ ਪਤਾ ਵੀ ਮੇਰੇ ਵੱਡੇ ਭਰਾ ਅਤੇ ਮੇਰਾ ਓਪਰੇਟ ਹੋਣ ਤੋਂ ਬਾਅਦ ਥੋੜ੍ਹਾ ਪਰਹੇਜ ਵੀ ਹੈ ਅਤੇ ਉਹ ਬਾਜਵਾ ਸਾਹਿਬ ਅੱਜ ਪਤਾ ਲੈਣ ਵਾਸਤੇ ਆਏ ਸੀ ਅਤੇ ਫਿਰ ਮੈਂ ਸੋਚਿਆ ਵੀ ਚਲੋ ਆਪਣੇ ਜਿਹੜੇ ਮੇਨ ਵਰਕਰ ਨੇ, ਮੇਰੇ ਜਿਹੜੇ ਸਾਥੀ ਹੈ, ਉਹਨਾਂ ਨੂੰ ਵੀ ਨਾਲ ਬੁਲਾ ਲਿਆ ਸਾਰਿਆਂ ਨੂੰ। ਚਲੋ ਨਾਲੇ ਦੁਪਹਿਰ ਦਾ ਖਾਣਾ ਹੋ ਜਾਏਗਾ, ਨਾਲੇ ਬਾਜਵਾ ਸਾਹਿਬ ਨਾਲ ਰੂਹ ਰੂਹ ਹੋ ਜਾਣਗੇ ਸਾਰੇ। ਅਤੇ ਇਸ ਕਰਕੇ ਬਾਜਵਾ ਸਾਹਿਬ ਜਿਹੜੇ ਸਾਡੇ ਹਲਕੇ 'ਚ ਅੱਜ ਆਏ ਸੀ ਅਤੇ ਮੇਰੇ ਵੱਲੋਂ ਅਤੇ ਮੇਰੇ ਭੁਆ ਕੁਆਸੀ ਚੰਸੀ ਵੱਲੋਂ ਬਾਜਵਾ ਸਾਹਿਬ ਦਾ ਦਿਲੋਂ ਧੰਨਵਾਦ ਹੈ। ਔਰ ਖਾਸ ਤੌਰ ਦੇ ਉੱਤੇ ਜਿਹੜੇ ਮੇਰੇ ਹਲਕੇ ਦੇ ਮੇਰੇ ਪਰਿਵਾਰਕ ਲੋਕ ਹੈ, ਜਿਹਨੇ ਮੈਂ ਗੱਲ ਕਹਿੰਦਾ ਮੇਰਾ ਹਲਕਾ ਮੇਰਾ ਪਰਿਵਾਰ, ਮੇਰੇ ਹਲਕੇ ਨੇ ਵਾਕਿਆ ਦੱਸਤਾ ਵੀ ਅਸੀਂ ਤੁਹਾਡਾ ਹੀ ਪਰਿਵਾਰ ਹੈ ਅਤੇ ਮੈਂ ਤਾਂ ਬੇਸਿਕਲੀ ਉਹਨਾਂ ਦੇ ਪਰਿਵਾਰ ਹੈ ਅਤੇ ਉਹ ਮੇਰਾ ਪਰਿਵਾਰ ਹੈ। ਮੇਰੀ ਗੈਰਹਾਜ਼ਰੀ ਦੇ ਵਿੱਚ ਉਹਨਾਂ ਪੂਰਾ ਠੋਕ ਕੇ ਮੇਰੇ ਸਾਥੀਆਂ ਨੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਹੈ ਔਰ ਇਹ ਜਿਹੜੀ ਸੱਤਾਧਾਰੀ ਪਾਰਟੀ ਹੈ ਇਹ ਚੁੱਕ ਕੇ ਮੇਰੇ ਹਲਕੇ ਦੇ ਲੋਕਾਂ ਨੇ ਉਹ ਸੁੱਟਿਆ ਪਰੇ ਇਹਨਾਂ ਨੂੰ। ਇਹ ਤੀਜੇ ਨੰਬਰ 'ਤੇ ਹੈ, ਆਪਾਂ ਦੂਜੇ ਨੰਬਰ 'ਤੇ ਹੈ। ਚਲੋ ਠੀਕ ਹੈ, ਲਹਿਰ ਸੀ, ਅਗਰ ਮੈਂ ਇੱਥੇ ਹੁੰਦਾ ਤਾਂ ਮੈਂ ਇਸ ਲਹਿਰ ਨੂੰ ਤੋੜ ਸਕਦਾ ਸੀ, ਐਸੀ ਗੱਲ ਕੋਈ ਨਹੀਂ ਸੀ, ਥੋੜ੍ਹਾ ਫਰਕ ਸੀ। ਅਤੇ ਮੈਂ ਫਿਰ ਆਪਣੇ ਹਲਕੇ ਦਾ ਵੀ ਆਪਣੇ ਵੱਲੋਂ ਮੈਂ ਧੰਨਵਾਦ ਕਰਦਾ ਔਰ ਜਿੰਨੇ ਮੇਰੇ ਭੈਣ ਭਰਾ ਮੇਰੇ ਪਰਿਵਾਰਕ ਲੋਕ ਅੱਜ ਵੀ ਇਕੱਠੇ ਹੋਏ ਹੈ ਇਹਨਾਂ ਦਾ ਫਿਰ ਮੈਂ ਦਿਲੋਂ ਧੰਨਵਾਦ ਕਰਦਾ। ਬਹੁਤ ਬਹੁਤ ਸਾਰਿਆਂ ਦਾ ਥੈਂਕਸ, ਜੈ ਹਿੰਦ। ਕੋ ਮੈਂ ਅੱਜ ਇੱਥੇ ਆਪਣੇ ਸਾਥੀ ਜੋਗਿੰਦਰ ਪਾਲ ਜੀ, ਸਾਡੇ ਐਕਸ ਐਮ ਐਲ ਏ ਭੂਆ, ਉਹਨਾਂ ਦਾ ਹਾਲ ਪੁੱਛਣ ਵਾਸਤੇ ਆਇਆ। ਤੁਹਾਨੂੰ ਪਤਾ ਮੇਜਰ ਸਰਜਰੀ ਹੋਈ ਉਹਨਾਂ ਦੀ, ਮੇਜਰ ਹਾਰਟ ਟ੍ਰਾਂਸਪਲਾਂਟ ਹੋਇਆ। ਅਸੀਂ ਪਹਿਲੇ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਕਿ ਬਹੁਤ ਜ਼ਬਰਦਸਤ ਤੰਗੀ ਤੋਂ ਬਾਅਦ, ਪਰੇਸ਼ਾਨੀ ਤੋਂ ਬਾਅਦ ਪਰਮਾਤਮਾ ਨੇ ਮਿਹਰ ਕੀਤੀ ਹੈ। ਵਨ ਆਫ ਦੀ ਮੇਜਰ ਸਰਜਰੀਜ਼ ਮੈਡੀਕਲ ਸਾਇੰਸ ਦੇ ਵਿੱਚ ਜਿਹੜੀ ਹੈ ਉਹਨਾਂ ਵਿੱਚ ਇੱਕ ਹੋਈ ਹੈ। ਅਸੀਂ ਤਾਂ ਪਰਮਾਤਮਾ ਨੂੰ ਅਰਦਾਸ ਕਰਨ ਵਾਸਤੇ ਆਏ ਕਿ ਤੰਦਰੁਸਤੀ ਬਖਸ਼ਣ ਅਤੇ ਛੇਤੀ ਰਿਕਵਰੀ ਦੇ ਰਸਤੇ 'ਤੇ ਪੈਣ। ਦੂਜਾ, ਮੈਂ ਭੋਏ ਹਲਕੇ ਦੇ ਸਾਰੇ ਹੀ ਆਪਣੇ ਵਰਕਰ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਆਪਣੇ MLA ਦੇ ਨਾ ਹੋਣ ਦੇ ਬਾਵਜੂਦ ਵੀ ਬੜੀ ਅੱਛੀ ਸਾਡੇ ਵਰਕਰਾਂ ਨੇ, ਸਾਥੀਆਂ ਨੇ ਪਰਫੋਰਮੈਂਸ ਦਿੱਤੀ ਹੈ। ਭਾਵੇਂ ਅਸੀਂ ਕੁਝ ਵੋਟਾਂ BJP ਨੂੰ ਪਿੱਛੇ ਰਹੇ ਹਾਂ, ਬਟ MLA ਸਾਹਿਬ ਦਾ ਇੱਥੇ ਨਾ ਹੋਣਾ ਜਿਹੜਾ ਉਹ ਬਹੁਤ ਹੱਦ ਤੱਕ ਸਾਨੂੰ ਉਸਨੇ ਚਿੰਤਿਤ ਕੀਤਾ ਸੀ। ਬਟ ਫਿਰ ਵੀ ਅਸੀਂ ਪਰਮਾਤਮਾ ਦੇ ਮਸ਼ਕੂਰ ਹਾਂ ਕਿ ਗੁਰਦਾਸਪੁਰ ਪਾਰਲੀਮੈਂਟ ਹਲਕੇ 'ਚੋਂ ਵੱਡੇ ਮਾਰਜਿਤ ਦੇ ਨਾਲ ਸਰ ਸੁਖਜਿੰਦਰ ਸਿੰਘ ਰੰਧਾਵਾ ਜੀ ਹੈ, ਜਿਹੜੀ ਆਪਣੀ ਕਾਂਗਰਸ ਦਾ ਝੰਡਾ ਉਹਨੂੰ ਡਰਾਉਣ ਦੇ ਵਿੱਚ ਕਾਮਯਾਬ ਹੋਏ ਨੇ। ਤਾਂ ਮੈਂ ਇੰਨਾ ਹੀ ਕਹਿਣ ਵਾਸਤੇ ਉੱਥੋਂ ਗੱਲ ਇਸ ਤਰ੍ਹਾਂ ਜੀ, ਲੋਕਾਂ ਨੂੰ ਇੰਨਾ ਲਾਰੇ ਲੱਪੇ ਲਾਏ ਸੀ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ, ਸਧਾਰਨ ਲੋਕਾਂ ਦੇ ਵਿਹੜਿਆਂ ਦੇ ਵਿੱਚੋਂ ਇਹ ਸਰਕਾਰ ਚੱਲੇਗੀ,
ਤੁਸੀਂ ਵੇਖਿਆ ਹੀ ਹੈ ਕਿ ਹੁਣ ਖਾਸ ਜਿਹੜੇ ਨੇ ਆਮ ਹੋ ਗਏ ਨੇ। ਗਵਰਨਮੈਂਟ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ, ਕੋਈ ਮਹਿਕਮਾ ਇਹੋ ਜਿਹਾ ਨਹੀਂ ਜਿਹਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਦਾ ਹੋਏ। ਪੁਲਿਸ ਦੀ ਰਿਸ਼ਵਤ ਕਈ ਗੁਣਾ ਵੱਧ ਚੁੱਕੀ ਹੈ, ਤਹਿਸੀਲਾਂ 'ਚ ਰਿਸ਼ਵਤ ਕਈ ਗੁਣਾ ਵੱਧ ਚੁੱਕੀ ਹੈ। ਆ ਤੁਹਾਡੇ BDPOs ਦੇ ਜਿੰਨੇ ਦਫ਼ਤਰ ਨੇ, ਇਹ ਡੈਂਸ ਆਫ ਕਰਪਸ਼ਨ ਬਣ ਚੁੱਕੀ ਹੈ ਜੀ। ਕਿਸੇ ਪੰਜਾਬ 'ਚ ਤੁਸੀਂ ਕਿਸੇ ਕੋਲ ਵੀ ਚਲੇ ਜਾਓ, ਹਰ ਤੀਸਰੇ ਬੰਦੇ ਕੋਲ ਫਰੌਤੀ ਦਾ ਟੈਲੀਫੋਨ ਜਾਂ ਚਿੱਠੀ ਆ ਚੁੱਕੀ ਹੈ ਜੀ। ਸਰਕਾਰ ਨਾਂ ਦੀ ਤਾਂ ਚੀਜ਼ ਹੀ ਹੈ ਨਹੀਂ। ਪੰਜਾਬ ਪੁਲਿਸ ਦਾ ਕਿਸੇ ਨੂੰ ਡਰ ਨਹੀਂ, ਖੌਫ ਨਹੀਂ। ਨਸ਼ਾ ਇੰਨਾ ਜ਼ਬਰਦਸਤ ਹੈ ਕਿ ਵੇਖੋ, BSF ਜਿਹੜੀ ਸੈਂਟਰ ਦੀ ਏਜੰਸੀ ਹੈ, ਜਿਹੜੀ ਪਹਿਲੇ 5 ਕਿਲੋਮੀਟਰ ਤੱਕ ਪੰਜਾਬ ਦੇ ਵਿੱਚ ਆਪਣੀ ਦੇਖ ਰੇਖ ਕਰ ਸਕਦੇ, ਹੁਣ 50 ਕਿਲੋਮੀਟਰ ਤੱਕ ਚਲੀ ਗਈ ਹੈ। 50 ਕਿਲੋਮੀਟਰ ਜਾਣ ਤੋਂ ਬਾਅਦ ਸਗੋਂ ਹੋਰ ਇੱਥੇ ਡਰੋਨਸ ਦੇ ਜ਼ਰੀਏ ਨਸ਼ਾ ਅਤੇ ਵੈਪਨ ਆਉਣਾ ਸ਼ੁਰੂ ਹੋ ਗਿਆ। ਮੈਂ ਜਿਹੜੀ ਸੈਂਟਰਲ ਗਵਰਨਮੈਂਟ, ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਸਾਰਿਆਂ ਨੂੰ ਨੇੜਲਾ ਤੁਹਾਡਾ ਜੇ ਕਿਸੇ ਨਾਲ ਤੁਲਕ ਹੈ ਡਿਫੈਂਸ ਦੇ ਵਿੱਚ, ਉਹ ਤੁਹਾਡਾ ਇਜ਼ਰਾਈਲ ਦੇ ਨਾਲ ਹੈ। ਇਜ਼ਰਾਈਲ ਕੋਲ ਦੁਨੀਆ ਦੀਆਂ ਸਾਰੀਆਂ ਲੇਟੈਸਟ ਟੈਕਨੋਲੋਜੀਜ਼ ਹੈ। ਪਿਛਲੇ ਮਹੀਨਿਆਂ ਦੇ ਵਿੱਚ ਇਰਾਨ ਨੇ ਕਈ 100 ਮਿਸਾਈਲਾਂ ਦਾਗੀਆਂ ਸੀ ਇਜ਼ਰਾਈਲ ਦੇ ਉੱਤੇ, ਬਟ ਇਜ਼ਰਾਈਲ ਕੋਲ ਇੱਕ ਆਇਰਨ ਡਰੋਮ ਕਰਨ ਦੇ ਕਹਿੰਦੇ ਇੱਕ ਟੈਕਨੋਲੋਜੀ ਹੈ, ਜਿਹਦੇ ਨਾਲ ਸਾਰੀਆਂ ਮਿਸਾਈਲਾਂ ਉਹਨਾਂ ਨੇ ਹਵਾ ਦੇ ਵਿੱਚ ਹੀ ਤਬਾਹ ਕਰਤੀਆਂ। ਤਾਂ ਮੈਂ ਪੁੱਛਣਾ ਚਾਹੁੰਦਾ ਸੈਂਟਰਲ ਗਵਰਨਮੈਂਟ ਨੂੰ ਕਿ ਜਦੋਂ ਸਾਰਿਆਂ ਨੂੰ ਵੱਧ ਤੁਹਾਡੀ ਨੇੜਤਾ ਇਜ਼ਰਾਈਲ ਦੇ ਨਾਲ ਹੈ, ਜਿੰਨੇ ਹਿੰਦੁਸਤਾਨ 'ਚ ਡਿਫੈਂਸ ਟਾਈਅਪਸ ਨੇ ਇਜ਼ਰਾਈਲ ਦੇ ਨਾਲ ਨੇ, ਕੀ ਤੁਸੀਂ ਇੱਕ ਇਹੋ ਜਿਹਾ ਸਧਾਰਨ ਟੈਕਨੋਲੋਜੀ ਵੀ ਨਹੀਂ ਲੈ ਸਕੇ ਕਿ ਜਦੋਂ ਕੋਈ ਡਰੋਨ ਇੰਟਰਨੈਸ਼ਨਲ ਬਾਰਡਰ ਆਪਣੀ ਤਾਰ 'ਤੇ ਟੱਪਦੀ ਹੈ ਤਾਂ ਉਸੇ ਟਾਈਮ ਉਹਨੂੰ ਤਬਾਹ ਕਰ ਦਿੱਤਾ ਜਾਏ? ਜੇ ਇਜ਼ਰਾਈਲ ਮਿਸਾਈਲਾਂ ਰੋਕ ਸਕਦੀ ਹੈ ਤਾਂ ਇਹ ਤਾਂ ਹੈ ਹੀ ਇੱਕ ਬੜੀ ਮਾਮੂਲੀ ਗੱਲ ਹੈ। ਉਹਦਾ ਮਤਲਬ ਕਿਤੇ ਨਾ ਕਿਤੇ ਨੀਅਤ 'ਚ ਕਮੀ ਲੱਗਦੀ ਹੈ। ਸੈਂਟਰਲ ਗਵਰਨਮੈਂਟ ਜਿਹੜੀ ਹੈ ਵਾਜਪਾਈ ਦੀ, ਮੋਦੀ ਸਾਹਿਬ ਦੀ, ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਣ ਸੀ ਜੈ ਜਵਾਨ ਅਤੇ ਜੈ ਕਿਸਾਨ ਦੀ, ਫੌਜ ਦੀ ਭਰਤੀ ਬੰਦ ਕਰਤੀ। ਕਈ 100 ਸਾਲ ਲਗਾਤਾਰ ਹਿੰਦੁਸਤਾਨ ਦੀ ਆਰਮੀ ਦੁਨੀਆ ਦੀਆਂ ਇੱਕ ਬੈਸਟ ਫਾਈਟਿੰਗ ਫੋਰਸਿਸ ਵਿੱਚ, ਤੁਸੀਂ ਸਾਡੀ ਭਰਤੀ ਰੋਕ ਕੇ, ਅੱਜ ਜਿੰਨਾ ਸਾਡਾ ਏਰੀਆ ਸ਼ਿਵਾਲਿਕ ਰੇਂਜਸ ਨੇ, ਭਾਵੇਂ ਸਾਰੇ ਪੰਜਾਬ ਜਿਹੜੀਆਂ ਹਿਮਾਚਲ ਦੇ ਨਾਲ ਲੱਗਦੀਆਂ ਨੇ, ਆਹੀ ਰੀਜਨ ਹੈ ਜਿੱਥੋਂ ਸਾਰੇ ਵੱਧ ਪਠਾਨਕੋਟ ਜ਼ਿਲ੍ਹੇ 'ਚੋਂ ਭਰਤੀ ਹੁੰਦੀ ਸੀ, ਤੁਹਾਡੀ ਜੰਮੂ ਰੀਜਨ 'ਚ ਹੁੰਦੀ ਸੀ, ਕਾਂਗੜੇ 'ਚ ਹੁੰਦੀ ਸੀ, ਹਮੀਰਪੁਰ 'ਚੋਂ ਭਰਤੀ ਹੁੰਦੀ ਸੀ। ਇਹ ਸਾਡੀ ਨੌਜਵਾਨਾਂ ਨੂੰ ਭਰਤੀ ਬੰਦ ਕਰਤੀ, ਇੱਕ ਤਾਂ ਜੈ ਜਵਾਨ ਮੁਕਾਤਾ, ਦੂਜੇ ਪਾਸੇ ਜੈ ਕਿਸਾਨ ਖਤਮ ਕਰਤਾ। ਕਿਸਾਨਾਂ ਨੇ ਮੰਗਿਆ ਕਿ ਇਹ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਦੀ ਲੀਗਲ ਗਰੰਟੀ ਮੰਗੀ ਹੈ, ਅਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇਣ ਨੂੰ ਵੀ ਤਿਆਰ ਨਹੀਂ ਨੇ। ਅਤੇ ਉੱਥੋਂ ਸਾਫ਼ ਤੌਰ 'ਤੇ ਨਜ਼ਰ ਆਉਂਦਾ ਕਿ ਮੋਦੀ ਹੋਣਾਂ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਸੋਚ। ਸਾਡਾ ਬਾਰਡਰ ਇਹਨਾਂ ਨੇ, ਜਿਹੜਾ ਸਾਡਾ ਇੰਟਰਨੈਸ਼ਨਲ ਟ੍ਰੇਡਿੰਗ ਰੂਟ ਸੀ ਅਟਾਰੀ ਦਾ ਬਾਰਡਰ, 10 ਸਾਲ ਦਾ ਬੰਦ ਕੀਤਾ। ਜੇ ਤੁਸੀਂ ਕਿਸੇ ਬਾਰਡਰ ਨੂੰ ਖੋਲ੍ਹਦੇ ਹੀ ਨਹੀਂ ਤਾਂ ਉਹ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਹੋਏਗੀ ਜੀ? ਸਾਡੀ ਬੰਦ ਕੀਤੀ ਹੈ, ਪੰਜਾਬ ਦਾ ਰੂਰਲ ਡਿਵੈਲਪਮੈਂਟ ਦਾ ਫੰਡ ਰੋਕਿਆ, ਪੰਜਾਬ ਦਾ ਹੈਲਥ ਦੇ ਫੰਡ ਰੋਕੇ ਨੇ, ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ। ਦੂਜੇ ਪਾਸੇ ਜਿੰਨਾ ਰਿਜੈਕਟਿਡ ਮਾਲ ਹੈ ਉਹਨੂੰ ਮੰਤਰੀ ਬਣਾ ਦਿੰਦੇ ਨੇ, ਅਰੁਣ ਜੇਤਲੀ ਰਿਜੈਕਟ ਕੀਤਾ ਮਿਨਿਸਟਰ ਬਣਾਤਾ, ਪੁਰੀ ਸਾਹਿਬ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਘੱਲੇ ਮਿਨਿਸਟਰ ਬਣਾਤੇ, ਆ ਬਿੱਟੂ ਹੁਣੇ ਮਾਂਜ ਕੇ ਘੱਲਿਆ ਇਹਨੂੰ ਫਿਰ ਮੰਤਰੀ ਲੈ ਲਿਆ। ਉਹਦਾ ਮਤਲਬ ਤੁਹਾਡੇ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਕੋਈ ਨਵੇਂ ਸਿਰੇ ਹੋ। ਉਹਦਾ ਮਤਲਬ ਤੁਸੀਂ ਜਾਣ ਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ, ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ, ਜੋ ਤੁਸੀਂ ਕਹੋਗੇ ਅਸੀਂ ਉਦੋਂ ਉਲਟੀ ਕਰਾਂਗੇ। ਅਤੇ ਇੱਥੋਂ ਸਾਫ਼ ਤੌਰ ਨਜ਼ਰ ਆਉਂਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ।
ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤਾਂ ਗੱਲ ਸੱਚ ਹੋਈ ਹੈ ਕਿ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਨਾ, ਆਹ ਵੇਖੋ ਕੀ ਹਾਲ ਕੀਤਾ ਸੀ, 86-88 ਹਜ਼ਾਰ ਵੋਟ ਤੋਂ ਰਹੇ ਨਾ। ਪਿਛਲੀ ਵਾਰ ਵੀ ਲਾਇਆ ਸੀ, ਪੁਰੀ ਸਾਹਿਬ ਲਾਏ ਸੀ ਸਿੱਖ ਚਿਹਰਾ ਕਿ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ। ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨਿਆਂ 'ਚ, ਅਤੇ ਮੈਂਬਰ ਰਾਜ ਸਭਾ ਦੇ ਥਰੂ ਬਣ ਸਕਦੇ ਨੇ, ਅਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ। ਇਹ ਫਿਰ ਪੰਜਾਬ ਤੋਂ ਬਾਹਰੋਂ ਹੀ ਆਏਗਾ, ਹਰਿਆਣੇ 'ਚੋਂ ਆਏਗਾ, ਯੂਪੀ 'ਚੋਂ ਆ ਜਾਏਗਾ, ਗੁਜਰਾਤ 'ਚੋਂ ਆ ਜਾਏਗਾ, ਕਿਤੇ ਹੋਰੋਂ ਆ ਜਾਏਗਾ, ਅਤੇ ਪੰਜਾਬ ਦੀ ਨੁਮਾਇੰਦਗੀ ਕਿਸ ਤਰ੍ਹਾਂ ਕਰੇਗਾ ਜੀ? ਇਹ ਜਿਹੜੇ ਸੂਬੇ ਨੂੰ ਜਿੱਥੋਂ ਸੂਬੇ 'ਚੋਂ MP ਬਣੇਗਾ, ਨੁਮਾਇੰਦਗੀ ਤਾਂ ਉੱਥੋਂ ਦੀ ਕਰੇਗਾ। ਅਤੇ ਤੂੰ ਮੈਨੂੰ ਦੱਸੋ, ਨਿਰੀ ਇੱਕ ਦਸਤਾਰ ਸਿਰ 'ਤੇ ਬੰਨ ਕੇ ਥੋੜ੍ਹਾ ਕੋਈ ਪੰਜਾਬੀ ਬਣ ਜਾਂਦਾ? ਇਹਦੇ ਕਈ ਹੈ ਨੇ ਇਹਨਾਂ ਨਾਲ ਦੇ, ਕਾਹਲੂਵਾਲੀਆ ਸਾਹਿਬ ਵੀ ਹੈ ਨੇ, ਉਹ ਬੰਗਾਲ 'ਚੋਂ ਬਣ ਕੇ ਆਏ ਨੇ, ਉਹ ਸਾਡੀ ਨੁਮਾਇੰਦਗੀ ਕਿਸ ਤਰ੍ਹਾਂ ਕਰਨਗੇ ਜੀ? ਅਮੂਮਨ ਪਹਿਲਾਂ ਦੇਖੋ, ਮੈਂ ਤਾਂ ਤੁਹਾਨੂੰ ਪਹਿਲੇ ਹੱਥੋਂ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਹੈ, ਤੁਸੀਂ ਆਰਮੀ ਦੀ ਭਰਤੀ ਰੋਕ ਕੇ, ਜਿਹੜੀ ਕਟਿੰਗ ਐਜ ਸੀ ਸਾਡੇ ਕੋਲ, ਸਾਡੇ ਕੋਲ ਬੈਸਟ ਫਾਈਟਿੰਗ ਫੋਰਸ ਜਿਹੜੀ ਸੀ, ਉਹਨਾਂ ਦੀ ਜਗ੍ਹਾ ਨਵੇਂ ਅਗਨ दयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता, सबसे अच्छा, डिफेंस रोड, ममून, पठानकोट। कॉन्टैक्ट 9614196141।